ਗੁਰਬਚਨ ਸਿੰਘ ਪੁੱਲਰ ਦੀ ਕਹਾਣੀ ਥੱਗੀ ਦਾ ਬਾਕੀ ਦਾ ਹਿੱਸਾ ਪੰਡਤ ਹਰੀਕਿਸ਼ਨ ਨੇ ਸਰਦਾਰ ਲੱਖਾ ਸਿੰਘ ਦੇ ਮੁਖੌਲ ਦੇ ਪਿਛੋਕੜ ਵਿੱਚ ਲਿਓ ਲੋਕ ਕਥਾ ਪਛਾਣ ਲਈ ਜਿਸ ਚ ਮੁੰਡਾ ਕਦੀ ਕਦੀ ਗੰਡਾ ਖਾਂਦਾ ਪਰ ਕੇਵਲ ਉਸ ਦਿਨ ਜਦੋਂ ਦੋ ਘੁੱਟ ਦਾਰੂ ਪੀ ਲੇ ਦਾਰੂ ਉਸਨੂੰ ਪਿੰਦਾ ਜਿਸ ਸੰਤਾਸ਼ ਦੀ ਖੇਡ ਜੰਮ ਜਾਏ ਤੇ ਤਾਸ਼ ਕਰਜ਼ ਕਾਰਨ ਦੀ ਲੰਮੀ ਲੜੀ ਵਾਲੀ ਇਸ ਲੋਕ ਕਥਾ ਵੱਲੋਂ ਧਿਆਨ ਹਟਾ ਕੇ ਉਹ ਬੋਲੇ ਸਰਦਾਰ ਜੀ ਤੁਹਾਡੀ ਗੱਲ ਠੀਕ ਹੈ ਵੀ ਠੀਕ ਨਹੀਂ ਵੀ ਤੁਸੀਂ ਵੀ ਦੇਖ ਲਿਓ ਪਹਿਲਾਂ ਕਦੇ-ਕਦੀ ਗੰਡਾ ਖਾਂਦੇ ਰਹੇ ਹੋ ਤਾਂ ਵੀ ਆਪਣਾ ਖਾਨਦਾਨੀ ਸੌਪਣਾ ਕਦੇ ਨਹੀਂ ਸੀ ਛੱਡਿਆ ਪਰ ਛੋਟਾ ਮੂੰਹ ਵੱਡੀ ਗੱਲ ਐ ਤਾਂ दारू ਆਖਰ ਮਲੇਚ ਵਸਤਾ ਕਾਕਾ ਨੇ ਜੀ ਹੱਥ ਲਾਉਂਦਾ ਕਰਦਿਆਂ ਘਰੇ ਸਲਾ ਸਰਦਾਰ ਲੱਖਾ ਸਿੰਘ ਨੇ ਆਪਣੀ ਛੱਟੀ ਦਾ ਚਾਂਦੀ ਦਾ ਮੁੱਠਾ ਭਲੋਸ ਦਿਆਂ ਗਿਆ ਸੋਨੇ ਅਰਗੀ ਖਰੀ ਹੈ ਤੁਹਾਡੀ ਇਹ ਗੱਲ ਸਭ ਤੋਂ ਪਹਿਲਾਂ ਸਰਦਾਰਨੀ ਦੀ رائے ਲਓ ਧੀ ਨੂੰ ਜਿੰਨੀ ਮਾਤਾ ਜਾਣਦੀ ਹੁੰਦੀ ਹੈ ਪਿਤਾ ਤਾਂ ਸੱਤ ਜਨਮ ਨਹੀਂ ਜਾਣ ਸਕਦਾ ਸਿਆਣਾ ਦਾ ਕਹਿਣਾ ਹੈ ਕਿ ਮਾਂ ਤੇ ਦਾ ਇੱਕ ਪਰਦਾ ਹੁੰਦਾ ਹੈ ਤੇ ਫਿਰ ਬਾਕੀ ਪਰਿਵਾਰ ਨਾਲ ਵੀ ਗੱਲ ਸਾਂਝੀ ਕਰੋ ਪੰਡਤ ਜੀ ਨੇ ਹਾਂ ਚ ਹਾਂ ਮਲਾਈ ਪਰ ਸਭ ਨਾਲੋਂ ਪਹਿਲਾਂ ਤੇ ਸਭ ਨਾਲੋਂ ਵੱਧ ਸਹਿਮਤੀ ਤਾਂ ਬੀਬਾ ਦੀ ਲੋੜੀਂਦੀ ਹੈ ਗੱਲ ਤਾਂ ਉਹਦੀ ਸਹਿਮਤੀ ਨਾਲ ਹੀ ਸਿਰੇ ਚੜਨੀ ਹੈ ਸਰਦਾਰ ਲੱਖਾ ਸਿੰਘ ਨੇ ਨਤਾਰਾ ਕੀਤਾ ਸਲਾਹ ਇੱਕ ਵਾਰ ਨਹੀਂ 100 ਵਾਰ ਕਰੋ ਪੰਡਤ ਜੀ ਪਰਵਾਰਕ ਵਿਚਾਰ ਵਟਾਂਦਰੇ ਦਾ ਮਹੱਤਵ ਚੰਗੀ ਤਰ੍ਹਾਂ ਸਮਝਾਇ ਦਿੱਸੀ ਪਰ ਜੇ ਸੱਚ ਪੁੱਛੋ ਸਰਦਾਰ ਲੱਖਾ ਸਿੰਘ ਜੀ ਜਦੋਂ ਕੰਨਿਆ ਦਾ ਜਨਮ ਹੁੰਦਾ ਹੈ ਉਹਦੇ ਲਈ ਵਰਤਾਂ ਵਿਦਮਤਾ ਉਸੇ ਸਮੇਂ ਨਿਸ਼ਚਿਤ ਕਰ ਚੁੱਕੀ ਹੁੰਦੀ ਹੈ। ਵੈਗਰੂ ਦੀ ਕਿਰਪਾ ਨਾਲ ਇੱਕ ਵਾਰੇ ਕਰਜ ਸਿਰੇ ਚੜ ਲਵੇ। ਤੁਸੀਂ ਆਪ ਕਿਆ ਕਰੋਗੇ ਜੁੜੀ ਤਾਂ ਇਹੋ ਹੀ ਬਣਨੀ ਸੀ। ਜਿੰਨੀਆਂ ਮਰਜ਼ੀ ਸਲਾਹਾਂ ਕਰੋ। ਪਰ ਇਸ ਬ੍ਰਾਹਮਣ ਦੇ ਧੁਰੰਦਰੋਂ ਇਹੋ ਆਵਾਜ਼ ਆਉਂਦੀ ਹੈ ਕਿ ਪੁੱਤਰੀ ਨੇ ਚਾਨਣ ਤਾਂ ਉਸੇ ਖਾਨਦਾਨ ਨੂੰ ਬਣਨਾ ਹੈ। ਹਰੀਕ੍ਰਿਸ਼ਨ ਤੇਰੀਆਂ ਗੱਲਾਂ ਸੁਣ ਕੇ ਦਿਲ ਨੂੰ ਚੰਗਾ-ਚੰਗਾ ਤਾਂ ਲੱਗਦਾ ਹੈ ਪਰ ਮੈਨੂੰ ਅਕਸਰ ਹੀ ਡਰ ਲੱਗਦਾ ਰਹਿੰਦਾ ਹੈ। ਇਸ ਹੀਰੇ ਨੂੰ ਕਿਸੇ ਦੀ ਝੋਲੀ ਪਾਉਣ ਲੱਗਿਆ ਤੇ ਠੱਗਿਆ ਨਾ ਜਾਵਾਂ ਪੰਡਤ ਹਰੀਕਿਸ਼ਨ ਨੇ ਸੱਜੇ ਹੱਥ ਨਾਲ ਖੱਬੇ ਕੰਨ ਦੀ ਤੇ ਖੱਬੇ ਹੱਥ ਨਾਲ ਸੱਜੇ ਕੰਨ ਦੀ ਪੇਪੜੀ ਫੜ ਲਈ ਸ੍ਰੀ ਰਾਮ ਸ੍ਰੀ ਕ੍ਰਿਸ਼ਨ ਸਰਦਾਰ ਜੀ ਇਹ ਤੁਸੀਂ ਕੀ ਕਹਤਾ ਠੱਗੀ ਪੰਡਤ ਹਰੀਕਿਸ਼ਨ ਕਰਾਉ ਜਾਓ ਹੋਣ ਦਿਓ ਉਹ ਵੀ ਤੁਹਾਡੇ ਨਾਲ ਪਿੰਡ ਦਾ ਕੋਈ ਆਦਮੀ ਮੇਰੇ ਬਾਰੇ ਸਰਦਾਰ ਲੱਖਾ ਸਿੰਘ ਨੇ ਉਹਨਾਂ ਦੀ ਗੱਲ ਵਿਚਾਲੇ ਉਂ ਟੋਕਦੀ ਨਹੀਂ ਨਹੀਂ ਹਰੀਕਿਸ਼ਨ ਤੂੰ ਗਲਤ ਸਮਝ ਗਿਆ ਤੇਰੀ ਨੇਕੀ ਲਈ ਕਿਸੇ ਗਵਾਹੀ ਦੀ ਲੋੜ ਨਹੀਂ ਮੇਰੇ ਨਾਲੋਂ ਵੱਧ ਭਲਾ ਤੈਨੂੰ ਕੌਣ ਜਾਣਦਾ ਮੇਰਾ ਮਤਲਬ ਇਹ ਨਹੀਂ ਕਿ ਠੱਗੀ ਸਾਡੇ ਨਾਲ ਤੂੰ ਕਰਵਾਏਗਾ ਬਸ ਇਹੋ ਸੰਸਾਭੀ ਪਾਂਡਾ ਵਸਤ ਦੇ ਯੋਗ ਹੋਵੇ ਤੇ ਮੋਤੀ ਉਸੇ ਮਾਲਾ 'ਚ ਪਰੋਇਆ ਜਾਏ ਜਿਹਦੇ ਲਈ ਬਣਿਆ ਸੱਤ ਹੈ ਤੁਹਾਡਾ ਬਚਨ ਸੱਤ 16 ਅੰਨੇ ਦਾ ਸਵਾ 16 ਨਹੀਂ ਪਰ ਆਦਮੀ ਨੂੰ ਕਿਤੇ ਤਾਂ ਦਿਲ ਖੜਾਉਣਾ ਹੀ ਪੈਂਦਾ ਪੰਡਤ ਜੀ ਨੇ ਸੱਜਾ ਹੱਥ ਆਪਣੀ ਹਿੱਕ ਤੇ ਰੱਖ ਲਿਆ ਮੇਰੇ ਤੇ ਭਰੋਸਾ ਰੱਖੋ ਤੇਰੇ ਤੇ ਭਰੋਸੇ ਚ ਕੋਈ ਕਸਰ ਨਹੀਂ ਹਰੀਕਿਸ਼ਨ ਪਰ ਨਵਾਂ ਨਾਤਾ ਜੋੜਦੇ ਆਂ ਡਰਤਾ ਲੱਗਦਾ ਹੀ ਐ ਬੰਦੇ ਦਾ ਅਸਲ ਪਤਾ ਤਾਂ ਪੰਡਤ ਜੀ ਰਾਹ ਪਿਆ ਜਬ ਆਪੇ ਆਈ ਲੱਗਦਾ ਕਿਸੇ ਦੇ ਦਿਲ ਚ ਵੜ ਕੇ ਕੀ ਨਹੀਂ ਦੇਖਿਆ ਹੁੰਦਾ ਵਿਚਲਰ ਰੰਗ ਤਾਂ ਰਿਸ਼ਤੇ ਦੀਆਂ ਤੰਦਾਂ ਚ ਵੱਜਣ ਮਗਰੋਂ ਹੀ ਉਗੜਦਾ ਪਹਿਲਾਂ ਤਾਂ ਇਧਰੋਂ ਉਧਰੋਂ ਪੁੱਛ ਪੜਤਾਲ ਉੱਤੇ ਟੇਕ ਰੱਖਣੀ ਪੈਂਦੀ ਐ ਪੁੱਛ ਪੜਤਾਲ ਤੇ ਦੇਖ ਦਿਖਾਈ ਦੇ ਮਗਰੋਂ ਦੋਵਾਂ ਧਿਰਾਂ ਦੀ ਤਸੱਲੀ ਹੋ ਗਈ ਗੱਲ ਜਨ ਜਨੇਤ ਲੈਣ ਦੇਣਾ ਉੱਤੇ ਪੁੱਜ ਗਈ ਉਧਰ ਚਿੱਟੀ ਚੁੰਨੀ ਵਾਲੀ ਮਾਂ ਨੇ ਸਭ ਕੁਝ ਸੁਖਜੀਤ ਉਤੇ ਛੱਡ ਰੱਖਿਆ ਸੀ ਸੁਖਜੀਤ ਦੀਆਂ ਗੱਲਾਂ ਕੁਝ ਵੱਖਰੀਆਂ ਜੀਆਂ ਸੀ ਸਰਦਾਰ ਲੱਖਾ ਸਿੰਘ ਇਹਨਾਂ ਗੱਲਾਂ ਦੇ ਚੰਗੀਆਂ ਮਾੜੀਆਂ ਹੋਣ ਦਾ ਕੋਈ ਸਪਸ਼ਟ ਨਿਰਣਾ ਤਾਂ ਨਾ ਕਰ ਸਕਿਆ ਪਰ ਉਹਨਾਂ ਨੂੰ ਨਵੀਆਂ ਤੇ ਅਨੋਖੀਆਂ ਜ਼ਰੂਰ ਲੱਗੀਆਂ ਸੁਖਜੀਤ ਦੇ ਪਿੱਛੇ-ਪਿੱਛੇ ਜਦੋਂ ਪੰਡਤ ਹਰੀਕਿਸ਼ਨ ਸਰਦਾਰ ਲੱਖਾ ਸਿੰਘ ਨੇ ਇਸ ਬੈਠਕ 'ਚ ਪ੍ਰਵੇਸ਼ ਕੀਤਾ ਸੀ ਉਹਨਾਂ ਦੀ ਨਜ਼ਰ ਅਲਮਾਰੀਆਂ 'ਚ ਪਈਆਂ ਪੁਸਤਕਾਂ ਤੇ ਪਈ ਪਰ ਐਵੇਂ ਸਰਸਰੀ ਜੀ ਜੋ ਉਹਨਾਂ ਦਾ ਕੋਈ ਵਿਸ਼ੇਸ਼ ਧਿਆਨ ਨਾ ਲੋੜਦੀ ਹੋਵੇ ਹੁਣ ਉਹਨਾਂ ਨੇ ﺍﻟमारीਆਂ ਦੇ ਸ਼ੀਸ਼ਿਆਂ ਪਿੱਛੇ ਉਹ ਗੋਹ ਨਾਲ ਦੇਖਿਆ ਜਿਵੇਂ ਸੁਖਜੀਤ ਦੀਆਂ ਗੱਲਾਂ ਦੀਆਂ ਜੜਾਂ ਲੱਭ ਰਹੇ ਹੋਣ ਉਹਨਾਂ ਦਾ ਆਉਣ ਜਾਣ ਉਹਨਾਂ ਦੀਆਂ ਨਾਤੇਦਾਰੀਆਂ ਦੋਸਤੀਆਂ ਜਿਨ੍ਹਾਂ ਘਰਾਂ ਨਾਲ ਸੰ ਉਹਨਾਂ ਦੀਆਂ ਬੈਠਕਾਂ 'ਚ ਉਹਨਾਂ ਦੇ ਕੰਧਾਂ ਨਾਲ ਲਟਕਦੀਆਂ ਬੰਦੂਕਾਂ ਸ਼ਿਕਾਰ ਕੀਤੇ ਜਾਨਵਰਾਂ ਦੀਆਂ ਖੱਲਾਂ ਆਦਿ ਦੇਖੀਆਂ ਸੰ ਉਹਨਾਂ ਦੀ ਨਜ਼ਰ 'ਚ ਕਿਤਾਬਾਂ ਪੜਨ ਵਿਦਿਆ ਪੜਨਵ ਵਿਦਿਆਰਥੀਆਂ ਦਾ ਕੰਮ ਸੀ ਪੋਥੀਆਂ ਪੜਨ ਧਾਰਮਿਕ ਬੰਦਿਆਂ ਦਾ ਸਰਦਾਰ ਲੱਖਾ ਸਿੰਘ ਆਪ ਕਦੀ ਕਦਾਈ ਕੋਈ ਅਖਬਾਰ ਫਰੋਲ ਲੈਂਦੇ ਸਨ ਉਹਨਾਂ ਨੇ ਇੱਕ ਵਾਰੀ ਕਿਸੇ ਅਖਬਾਰ 'ਚ ਗਵਰਨਾਉਂਦੇ ਹਾਲ ਸਿੰਘ ਦੇ ਵਿਆਹ ਬਾਰੇ ਪੜਿਆ ਸੀ ਉਹ ਸੁਪਨਾ ਲੈਂਦੇ ਬੀਬਾ ਦੀ ਬਰਾਤ ਆਵੇ ਤਾਂ ਵੀ ਹਾਥੀਆਂ ਘੋੜਿਆਂ ਦੀ ਲੰਮੀ ਕਤਾਰ ਹੋਵੇ ਸੁਪਨੇ ਤੋਂ ਬਾਹਰ ਨਿਕਲ ਕੇ ਉਹ ਸੋਚਦੇ ਚਲੋ ਹਾਥੀ ਘੋੜੇ ਨਾਸੀ ਬਾਜਾ ਗੱਜਾ ਧੂਮ ਧਮਾਕਾ ਤਾਂ ਹੋਣਾ ਹੀ ਚਾਹੀਦਾ ਪਰ ਸੁਖਜੀਤ ਦਾ ਫੈਸਲਾ ਸੀ ਕਿ ਦੋ ਘਰਾਂ 'ਚ ਕੇਵਲ ਘਰ ਦੇ ਜੀ ਆਉਣਗੇ ਅੱਦੂ ਰੋਲੇ ਰੱਪੇ ਦਾ ਕੀ ਲਾਭ ਇਹ ਸਰਦਾਰ ਲੱਖਾ ਸਿੰਘ ਦੇ ਜ਼ੋਰ ਦੇਣ ਉੱਤੇ ਹੀ ਸੀ ਕਿ ਉਹ ਨੇੜਲੇ ਰਿਸ਼ਤੇਦਾਰ ਮਿਲਾ ਕੇ ਬਰਾਤੀਆਂ ਦੀ ਗਿਣਤੀ ਵਧਾਉਣ ਲਈ ਰਾਜ਼ੀ ਹੋਇਆ ਸੀ ਕੁਝ ਤਾਂ ਰੌਣਕ ਹੋਵੇ ਸਰਦਾਰ ਲੱਖਾ ਸਿੰਘ ਕੋਲ ਪ੍ਰਮਾਤਮਾ ਦਾ ਦਿੱਤਾ ਇੰਨਾ ਕੁਝ ਸੀ ਕਿ ਜਵਾਈ ਦਾ ਘਰ ਭਰ ਕੇ ਵੀ ਉਹਨਾਂ ਦਾ ਆਪਣਾ ਘਰ ਭਰੇ ਭਰੇ ਦਾ ਭਰਿਆ ਰਹਿਣਾ ਸੀ ਚੂਲੀਆਂ ਭਰਿਆ ਇਸ ਨਦੀ ਦਾ ਨੀਰ ਘਟਣ ਵਾਲਾ ਨਹੀਂ ਸੀ ਠੀਕ ਹੈ ਸਮਾਂ ਉਹਨਾਂ ਦੇ ਬਾਲਪਨ ਵਾਲਾ ਨਹੀਂ ਸੀ ਤਦ ਉਹਨਾਂ ਦੇ ਦਾਦੇ ਸਰਦਾਰ ਖੁਸ਼ਾਲ ਸਿੰਘ ਦੇ ਸੱਤ ਖਾਲ ਜੁੜਿਆ ਕਰਦੇ ਸੀ ਅੱਗੇ ਪਿੱਛੇ ਨਿਕਲੇ ਹਾਥੀਆਂ ਵਰਗੇ 14 ਬਲਦਾਂ ਦੀਆਂ ਟੱਲੀਆਂ ਦੇ ਮਿਲਵੀ ਟੁਣਕਾਰ ਪੂਰੇ ਪਿੰਡ 'ਚ ਸਰਦਾਰੀ ਦਾ ਸੰਖ ਬਣ ਕੇ ਸੁਣਾਈ ਦਿੰਦੀ ਸੀ ਫਿਰ ਧਰਤੀ ਉਹਨਾਂ ਦੇ ਚਾਚੇ ਤਾਇਆ 'ਚ ਵੰਡੀ ਗਈ ਪਰ ਤਾਂ ਵੀ ਉਹਨਾਂ ਦੇ ਥਿੰਦੇ ਭਾਂਡੇ 'ਚ ਥਿੰਧਾਈ ਇੰਨੀ ਜ਼ਰੂਰ ਰਚੀ ਬੱਸੀ ਸੀ ਕਿ ਉਹਨਾਂ ਨੇ ਜੇ ਜਾਣਾ ਵੀ ਸੀ ਕਦੇ ਜਾਂਦਿਆਂ ਜਾਂ ਨਹੀਂ ਜਾਣਾ ਸੀ ਤੇ ਇਹ ਕਦੇ ਕਟੋਕਟ ਉਹਨਾਂ ਦੇ ਜੀਵਨ ਕਾਲ ਤੱਕ ਆਉਣ ਵਾਲਾ ਨਹੀਂ ਸੀ ਜ਼ਮੀਨ ਹਦਬੰਦੀਆਂ ਵੀ ਇਸ ਥੰਦੇਾਈ ਨੂੰ ਘਟਾ ਨਹੀਂ ਸੀ ਸਕੀਆਂ ਪਰ ਜੁਵਾਈ ਦੇ ਘਰ ਵੀ ਉਸੇ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਹੈ ਸੁਖਜੀਤ ਦਾ ਕਹਿਣਾ ਸੀ ਕਿ ਉਹ ਉਹਨਾਂ ਦਾ ਘਰ ਅੰਦਰੋਂ ਬਾਹਰੋਂ ਦੇਖ ਲੈਣ ਉਹ ਚੀਜ਼ਾਂ ਦੇ ਦੇਣ ਜੋ ਇਸ ਘਰ 'ਚ ਉਹਨਾਂ ਦੀ ਧੀ ਦੇ ਮੇਚ ਦੀਆਂ ਨਹੀਂ ਐ ਇਹ ਗੱਲ ਆ ਕੇ ਕਾਕੇ ਨੇ ਮਾਮਲਾ ਬੜਾ ਟੇਡਾ ਬਣਾ ਦਿੱਤਾ ਮੰਨਿਆ ਕਿ ਸਰਦਾਰ ਲੱਖਾ ਸਿੰਘ ਦੀ ਹੋਂ ਬੜੀ ਉੱਚੀ ਸੀ ਪਰ ਇੱਥੇ ਤਾਂ ਉੱਤੀ ਵਾਲਾ ਸੀ ਤੇ ਧੀ ਵਾਲਾ ਭਲਕੇ ਪੁੱਤ ਵਾਲਿਆਂ ਦੇ ਘਰ ਬਾਰੇ ਕੋਈ ਅਜਿਹੀ ਗੱਲ ਕਿਵੇਂ ਆਖ ਸਕਦਾ ਸਰਦਾਰ ਲੱਖਾ ਸਿੰਘ ਪਹਿਲਾਂ ਤਾਂ ਕੁਝ ਦਿਨ ਦੁਚਿੱਤੀ ਜਿਹੀ ਚ ਰਏ ਵਿਆਹ ਦੀ ਜਿਹੋ ਜੀ ਤਸਵੀਰ ਸੁਖਜੀਤ ਖਿੱਚਦਾ ਸੀ ਉਹ ਸਧਾਰਨ ਤੋਂ ਵੀ ਕੁਝ ਬਹੁਤੀ ਸਾਦੀ ਸੀ ਸਧਾਰਨ ਲੱਖਾ ਸਿੰਘ ਸੁਭਾਵਕੀ ਬੀਬਾ ਦਾ ਵਿਆਹ ਕੁਝ ਬਹੁਤੀ ਠਾਠ ਅਸਾਧਾਰਨ ਠਾਠ ਨਾਲ ਕਰਨ ਦੇ ਚਾਹਵਾਨ ਸੀ ਜਦੋਂ ਡੋਲੀ ਵਿਦਿਆ ਹੋਵੇ ਨਾਲ ਢੇਰਾਂ ਦੇ ਢੇਰ ਸਮਾਨ ਵੀ ਹੋਵੇ ਪਰ ਪੰਡਤ ਹਰੀਕ੍ਰਿਸ਼ਨ ਦੇ ਨਾਲ ਹੀ ਸਰਦਾਰਨੀ ਦੀਆਂ ਸਮਝੌਤੀਆਂ ਨੇ ਉਹਨਾਂ ਨੂੰ ਉਲਝਾਜ ਚ ਕੱਢ ਦਿੱਤਾ ਕਿੱਥੇ ਮਿਲਦੇ ਹਨ ਲੋਭ ਲਾਲਚ ਤੋਂ ਉਰੇ ਬੰਦੇ ਅੱਜ ਕੱਲ ਦੇ ਜ਼ਮਾਨੇ ਚ ਨਾਲੇ ਮੁੰਡਾ ਹੀ ਘਰ ਦਾ ਇਕੱਲਾ ਮਾਲਕ ਸੀ ਕੁੜਮਣੀ ਨੇ ਤਾਂ ਸਰਦਾਰ ਦੇ ਪੂਰਾ ਹੋਣ ਮਗਰੋਂ ਉਹਨੂੰ ਹੋਰ ਮੁੰਡਿਆਂ ਖੁੰਡਿਆਂ ਦੇ ਉਲਟ ਘਰ ਦਾ ਬੰਨ ਬੰਨਿਆ ਵੇਖ ਮਾਲਾ ਨਾਲ ਹੀ ਨਾਤਾ ਜੋੜਿਆ ਆ ਸੀ ਸਾਡੀ ਬੀਬਾ ਦੇ ਜਾਣੇ ਇਹਦੇ ਸੁਚੱਜ ਨਾਲ ਹੋਈ ਸੱਸ ਦੀ ਤਸੱਲੀ ਨੇ ਉਹਦਾ ਮਾਲਾ ਨਾਲੇ ਨਾਤਾ ਹੋਰ ਡੂੰਗਾ ਜੋੜ ਦੇਣਾ ਸੀ ਬੀਬਾ ਮਾਲਕਨ ਹੋਣੀ ਸੀ ਕਰੇ ਜੋ ਕਰੇ ਉਹਨਾਂ ਦਾ ਉਦੇਸ਼ ਤਾਂ ਬੀਬਾ ਦਾ ਸੁੱਖ ਸੀ ਬਾਕੀ ਸਭ ਘਲਾਈ ਤੋਰੇਦੀਆਂ ਸੀ ਬੀਬਾ ਤੋਂ ਪੁੱਛ ਲਿਆ ਸਰਦਾਰ ਲੱਖਾ ਸਿੰਘ ਨੇ ਪੰਡਤ ਹਰੀਕ੍ਰਿਸ਼ਨ ਦੀ ਹਾਜ਼ਰੀ 'ਚ ਹੀ ਸਰਦਾਰਨੀ ਨੂੰ ਸਵਾਲ ਕੀਤਾ ਪੁੱਛ ਲਿਆ ਚੰਗੀ ਤਰ੍ਹਾਂ ਪੁੱਛ ਲਿਆ ਸਰਦਾਰਨੀ ਨੇ ਤਸੱਲੀ ਦਿੱਤੀ ਬੀਬਾ ਸਹਿਮਤ ਐ ਕੀ ਕਹਿੰਦੀ ਉਹਨਾਂ ਨੇ ਉਤਾਵਲੇ ਹੋ ਕੇ ਪੁੱਛਿਆ ਉਹਨੇ ਕੀ ਕਹਿਣਾ ਸਰਦਾਰਨੀ ਮੁਸਕਰਾਈ ਬੋਲ ਕੇ ਥੋੜਾ ਦੱਸੋ ਕਿ ਉਹਦੀ ਕੀ ਰਾਇ ਕੀ ਹੈ ਹੋਰ ਫਿਰ ਸਰਦਾਰ ਲਖਾ ਸਿੰਘ ਨੇ ਆਪਣੇ ਆਪ ਨੂੰ ਮੂਰਖ ਜਿਹਾ ਬਣਿਆ ਮਹਿਸੂਸ ਕੀਤਾ ਇਹ ਵਿਦਿਆ ਤੁਹਾਡੇ ਸਾਡੇ ਵਾਸਤੇ ਨਹੀਂ ਪੰਡਤ ਹਰੀਕ੍ਰਿਸ਼ਨ ਹੱਸ ਪਏ ਅਜੀਆਂ ਗੱਲਾਂ ਧੀਆਂ ਮੂੰਹ ਬੋਲ ਕੇ ਤਾਂ ਮਾਵਾਂ ਨੂੰ ਵੀ ਨਹੀਂ ਦੱਸਦੀਆਂ ਮਾਵਾਂ ਨੂੰ ਧੀਆਂ ਦੀਆਂ ਅੱਖਾਂ 'ਚ ਪੜਨੀਆਂ ਪੈਂਦੀਆਂ ਨੇ ਇਹ ਜਿਹਾ ਨਿਰਸ਼ਬਦ ਭਾਸ਼ਾ ਹੁੰਦੀ ਹੈ ਸਰਦਾਰ ਸਾਹਿਬ ਜੋ ਚਿਹਰੇ ਦਾ ਰੰਗ ਤੇ ਅੱਖਾਂ ਦੀ ਸੰਗ ਬਣ ਕੇ ਉਗੜਦੀ ਹੈ ਇਹ ਸੁਨਿੰਦੀ ਨਹੀਂ ਬੱਚੀਂ ਦੀ ਹੈ ਕਿਸੇ ਬਾਸ਼ਾ ਚ ਸਹੀ ਬੀਬੇ ਨੇ ਆਪਣੀ ਮਰਜ਼ੀ ਦੱਸਦੀ ਸਰਦਾਰ ਲੱਖਾ ਸਿੰਘ ਲਈ ਗੱਲ ਮੁੱਕਦੀ ਹੋਈ ਵਿਆਹ ਖੂਬ ਰੌਣਕਾਂ ਨਾਲ ਹੋਇਆ ਬਰਾਤ ਤੇ ਲੈਣ ਦੇਣ ਦੇ ਮਾਮਲੇ 'ਚ ਸਰਦਾਰ ਲੱਖਾ ਸਿੰਘ ਨੇ ਕੁਝ ਗੱਲਾਂ ਸੁਖਜੀਤ ਦੀਆਂ ਮੰਨ ਲਈਆਂ ਤੇ ਕੁਝ ਗੱਲਾਂ ਉਹਨੂੰ ਮਨਵਾ ਲਈਆਂ ਆਪਣੇ ਘਰ ਦਾ ਜਲ ਜਲੌ ਤੇ ਠਾਠ ਬਾਠ ਤੇ ਆਏ ਗਏ ਦਾ ਸਵਾਗਤ ਉਹਨਾਂ ਨੇ ਆਪਣੀ ਇੱਛਾ ਅਨੁਸਾਰ ਕਰਕੇ ਰੀਝਾਂ ਲਾ ਲਈਆਂ ਬੀਬਾ ਕੁਝ ਦਿਨ ਸੁਖਜੀਤ ਨਾਲ ਬਾਹਰ ਘੁੰਮ ਫਿਰ ਕੇ ਤੇ ਕੁਝ ਦਿਨ ਸਹਰੇ ਘਰ ਬਤਾ ਕੇ ਪੇਕੀ ਫੇਰਾ ਪਾਉਣ ਆਈ। ਹੁਣੇ ਪਹਿਲੀ ਵਾਰ ਸਹਰਿਆਂ ਪਰਤਨ ਤੱਕ ਦੇ ਇਹ ਦਿਨ ਪਰਿਵਾਰ ਲਈ ਮਸਾਂ ਦਿੱਤੇ ਸੀ। ਉਹ ਸਾਰੇ ਕੇਵਲ ਮਿਲਣ ਲਈ ਹੀ ਉਤਾਵਲੇ ਨਹੀਂ ਸਨ, ਉਹਦੇ ਨਵੇਂ ਘਰ ਦਾ ਸੱਚ ਜਾਣਨ ਲਈ ਵੀ ਬਿਆਕਲ ਸਨ। ਪਰ ਬੀਬਾ ਦਾ ਖਿੜਿਆ ਚਿਹਰਾ ਵੇਖ ਕੇ ਕੁਝ ਪੁੱਛਣ ਦੀ ਲੋੜ ਹੀ ਨਾ ਰਹੀ। ਉਹਨਾਂ ਦੇ ਸਭ ਸਵਾਲਾਂ ਦੇ ਜਵਾਬ ਮਿਲ ਗਏ ਸਨ। ਸਾਰੇ ਸੰਸੇ ਦੂਰ ਹੋ ਗਏ। ਪਲਕੇ ਸੁਖਜੀਤ ਨੇ ਬੀਬਾ ਨੂੰ ਨਾਲ ਲੈ ਕੇ ਜਾਣਾ ਸੀ ਸਾਰਿਆਂ ਨੇ ਉਹਨੂੰ ਛੱਡ ਜਾਣ ਲਈ ਜ਼ੋਰ ਪਾਇਆ ਤਾਂ ਉਹ ਹੱਸਿਆ 21 ਸਾਲ ਤੁਸੀਂ ਰੱਖੀ 21 ਸਾਲ ਅਸੀਂ ਰੱਖਾਂਗੇ ਬਾਕੀ ਸਭ ਇਸ ਪਿੱਛੇ ਸੋਚਾਂਗੇ ਸਰਦਾਰਨੀ ਲੱਖਾ ਸਿੰਘ ਦੇ ਅੰਦਰ ਵੜ ਕੇ ਕੁਝ ਗੁੱਸੇ ਤੇ ਕੁਝ ਰੋਸੇ ਜੇ ਨਾਲ ਸਰਦਾਰਨੀ ਨੂੰ ਗਿਆ ਭਲਾਈ ਕੀ ਗੱਲ ਹੋਈ ਸਰਦਾਰਨੀ ਹੱਸੇ ਤੁਸੀਂ ਵੀ ਬਸ ਕਰਮਾਂ ਵਾਲਿਆਂ ਦੀਆਂ ਧੀਆਂ ਸੌਰੀ ਸੁਭਧੀਆਂ ਨੇ ਸਾਨੂੰ ਬਸ ਉਪਰੋਂ ਠੰਡੀ ਹਵਾ ਆਉਂਦੀ ਰਹੀ ਹਵਾ ਆਉਂਦੀ ਰਹਿਣੀ ਚਾਹੀਦੀ ਹੈ ਮੁੰਡਾ ਘਰ ਪਰਿਵਾਰ ਜਾਇਦਾਦ ਸਭ ਕੁਝ ਸਾਡੀ ਇੱਛਾ ਦਾ ਮਿਲ ਗਿਆ ਹੁਣ ਬਾਲਾ ਵਾਂਗ ਬੁਲਟੇਰ ਨਹੀਂ ਛੱਡੋ ਇਹ ਤਾਂ ਸਿੱਧਾ ਸੁੱਦਾ ਤੱਕਾ ਹੋਇਆ ਸਰਦਾਰ ਲੱਖਾ ਸਿੰਘ ਨੇ ਬੇਵਸੀ ਦਾ ਹੌਕਾ ਲਿਆ ਇਸ ਤੱਕੇ ਬਦਲੇ ਪੰਡਤ ਜੀ ਨੂੰ ਅਸੀਸਾਂ ਦਿਆ ਕਰੋ ਤੇ ਬੀਬਾ ਨਾਲ ਆਪਣੇ ਮੋਹ ਦੀਆਂ ਧੰਦਾ ਕੁਝ ਕੁਛ ਢਿੱਲੀਆਂ ਕਰਨੀਆਂ ਸਿੱਖੋ ਸਰਦਾਰ ਲੱਖਾ ਸਿੰਘ ਜਲਪਾਣ ਮਗਰੋਂ ਸੁਖਜੀਤ ਨੂੰ ਆਰਾਮ ਲਈ ਚੁਬਾਰੇ ਚ ਲੈ ਗਏ ਸਾਹਮਣੇ ਗੁਰੂ ਨਾਨਕ ਦੇਵ ਦੀ ਵੱਡੀ ਤਸਵੀਰ ਸੀ ਸਰਦਾਰ ਲੱਖਾ ਸਿੰਘ ਨੇ ਮੱਥਾ ਟੇਕਿਆ ਸੁਖਜੀਤ ਨੇ ਵੀ ਮੱਥਾ ਟੇਕਿਆ ਕੋਲ ਪਈ ਧੂਫ ਧੁਖਾ ਦਿੱਤੀ ਸੱਜੀ ਕੰਨ ਤੇ ਰਿਆਸਤ ਦੇ ਰਾਜੇ ਦੀ ਤਸਵੀਰ ਸੀ ਖੂਬਸੂਰਤ ਬੰਨੀ ਹੋਈ ਪੱਗ ਉੱਤੇ ਕਲਗੀ ਪੱਗ ਦਵਾਲੇ ਤੇ ਗਲ ਵਿੱਚ ਹੀਰੇ ਮੋਤੀਆਂ ਦੀਆਂ ਲੜੀਆਂ ਸਾ ਸ਼ਾਹੀ ਕੁਰਸੀ ਉੱਤੇ ਬੈਠ ਕੇ ਪੈਰ ਚਾਂਦੀ ਦੇ ਪੈਰਦਾਨ ਉੱਤੇ ਰੱਖ ਦਿੱਤੇ ਸਜੇ ਹੱਥ ਹੀਰਿਆ ਜੜੇ ਮੁਠੇ ਵਾਲੀ ਤਲਵਾਰ ਤੇ ਖੱਬਾ ਹੱਥ ਕੁਰਸੀ ਦੀ ਖੱਬੀ ਬਾਹ ਤੇ ਰੱਖ ਕੇ ਅੱਗੇ ਬਣੇ ਹੋਏ ਸੋਨੇ ਦੇ ਛੇਰ ਤੇ ਟਿਕਿਆ ਹੋਇਆ ਸਰਦਾਰ ਲੱਖਾ ਸਿੰਘ ਰਾਜੀ ਦੀ ਤਸਵੀਰ ਅੱਗੇ ਜਾ ਖਲੋਤੇ ਉਹਨਾਂ ਦਾ ਹੱਥ ਆਪਣੇ ਛੱਟੀ ਤੇ ਚਾਂਦੀ ਦੇ ਮੁਠੇ ਉੱਤੇ ਪਹਿਲਾਂ ਨਾਲੋਂ ਵੱਧ ਕੱਸਿਆ ਗਿਆ ਜਿਹਦਾ ਸੋਨੇ ਦਾ ਝੋਲ ਹੁਣ ਕੱਸ ਕੇ ਲਗਭਗ ਉੱਤਰ ਹੀ ਗਿਆ ਸੀ ਸੁਖਜੀਤ ਹੈਰਾਨ ਸੀ ਕਿੰਨੇ ਸਾਲ ਹੋਏ ਰਾਜਸਥਾਨ ਟੁੱਟ ਗਈਆਂ ਰਾਜੇ ਮੁੱਕ ਗਈ ਪਰ ਉਹ ਇਸ ਤਸਵੀਰ ਵਲੇ ਅਜੇ ਵੀ ਕਿੰਨੀ ਸ਼ਰਧਾ ਨਾਲ ਦੇਖ ਰਹੇ ਸੀ ਉਹ ਕੁਝ ਬੋਲੇ ਤਾਂ ਸੁਖਜੀਤ ਦਾ ਧਿਆਨ ਉਹਨਾਂ ਵੱਲ ਹੋਇਆ ਉਹ ਇਸ ਘਰ ਨਾਲ ਰਾਜ ਘਰਾਣੇ ਦੀ ਪੀੜੀਆਂ ਪੁਰਾਣੀ ਸਾਂਝ ਦੱਸ ਰਹੇ ਸੀ ਇਸ ਵਾਜੇ ਗਾਜੇ ਤੇ ਉਹਨਾਂ ਦੇ ਪਿਤਾ ਜੀ ਨਾਲ ਇਸ ਤੋਂ ਪਹਿਲਾਂ ਰਾਜੇ ਦੀ ਇਹਨਾਂ ਦੇ ਦਾਦਾ ਜੀ ਨਾਲ ਤੇ ਇਸੇ ਤਰ੍ਹਾਂ ਉਹਨਾਂ ਦੀ ਵੀ ਕਈ ਪੀੜੀਆਂ ਪੁਰਾਣੀ रियासत ਦੇ ਮੁੱਢੀ ਹੋਣ ਇਸ ਪਰਿਵਾਰ ਦੇ ਪੁਰਖੇ ਨਾਲ ਤੇ ਸਰਦਾਰ ਲੱਖਾ ਸਿੰਘ ਦਾ ਇਹ ਪੁਰਖਾ ਆਪਣੇ ਪੈਸਿਆਂ ਦੀ ਅਗਵਾਈ ਕਰਦੇ ਆ ਮੁੱਢੀ ਰਾਜੀ ਦੇ ਮੁੱਢੇ ਨਾਲ ਮੋਢਾ ਜੋੜ ਕੇ ਲੜਦਾ ਹੋਇਆ ਰਣਖੇਤ ਚ ਜਾਨਵਾਰ ਗਿਆ ਸੀ ਉਦੋਂ ਤੋਂ ਹੀ ਰਾਜ ਘਰਾਣੇ ਨੂੰ ਇਸ ਪਰਿਵਾਰ ਨਾਲ ਆਪਣਾਤ ਬਣਾਈ ਰੱਖੀ ਸੀ ਆਪਣੇ ਪਿਓ ਦਾਦੇ ਤੋਂ ਸੁਣੀ ਹੋਈ ਇਹ ਗਾਥਾ ਉਹਨਾਂ ਨੇ ਉਚਿਤ ਮਾਨ ਨਾਲ ਅੱਗੇ ਆਪਣੇ ਨਵੇਂ ਬਣੇ ਜਵਾਈ ਨੂੰ ਸੁਣਾ ਦਿੱਤੀ ਉਹਨਾਂ ਨੇ ਇਸ ਪੁਰਾਣੀ ਸਾਂਝ ਦੀ ਇੱਕ ਉਦਾਹਰਨ ਦੇਣੀ ਵੀ ਵਾਜਬ ਸਮਝੀ بیٹے ਜਦੋਂ ਵੀ ਰਾਜਾ ਸਾਹਿਬ ਨੇ ਇਸ ਪਿੰਡ 'ਚ ਆਉਣਾ ਆਪ ਕਿਲੇ 'ਚ ਠਹਿਰਨਾ ਦੇ ਘੋੜੇ ਹਮੇਸ਼ਾ ਆਪਣੀਆਂ ਖੁਰਲੀਆਂ ਤੇ ਵੱਜਣੇ ਸੁਖਜੀਤ ਚੁੱਪ ਰਿਹਾ ਉਹਨਾਂ ਨੂੰ ਦਾਲ ਦਾਣਾ ਵੀ ਆਪਣੇ ਆਪ ਢੋਲਿਆਂ ਵਿੱਚ ਹੀ ਪੈਣਾ ਸੁਖਜੀਤ ਨੂੰ ਹੁਣ ਵੀ ਚੁੱਪ ਰਹਿਣਾ ਹੀ ਠੀਕ ਸਮਝਿਆ ਉਹਨਾਂ ਨੇ ਸੁਖਜੀਤ ਦਾ ਪ੍ਰਭਾਵ ਜਾਣਨ ਲਈ ਨਜ਼ਰਾਂ ਤਸਵੀਰ ਵੱਲੋਂ ਹਟਾ ਕੇ ਉਹਦੇ ਚਿਹਰੇ ਵੱਲ ਕੀਤੀਆਂ ਉਹਨਾਂ ਦੀ ਅਬੋਲ ਤਕਣੀ ਸੁਖਜੀਤ ਤੋਂ ਜਿਵੇਂ ਆਪਣੀਆਂ ਗੱਲਾਂ ਦੇ ਹੰਗਾਰੇ ਦੀ ਉਡੀਕ ਵਿੱਚ ਸੀ ਉਤੇ ਮਾਜਾ ਮੁਸਕਰਾਇਆ ਬਾਪੂ ਜੀ ਆਪਣੇ ਕਰੋਣ ਛੋਲੇ ਖਾ ਕੇ ਰਾਜੇ ਦੇ ਘੋੜੇ ਪਿੱਛੇ ਬਸ ਲਿੱਦੀ ਛੜ ਜਾਂਦੇ ਹੋਣਗੇ ਸਰਦਾਰ ਲੱਖਾ ਸਿੰਘ ਨੂੰ ਅਚਨ ਚੇਤ ਤੱਕਾ ਲੱਗਿਆ ਤੇ ਉਹਨਾਂ ਦੇ ਚਿਹਰੇ ਤੋਂ ਇੱਕ ਪਰਛਾਵਾਂ ਤੇਜ਼ੀ ਨਾਲ ਲੰਘਿਆ ਉਹਨਾਂ ਨੂੰ ਸਮਝ ਨਹੀਂ ਆਈ ਕਿ ਉਹਦੀ ਕਿਉਂ ਕੀ ਕਹਿਣ ਤੇ ਕੀ ਨਾ ਕਹਿਣ ਪਰ ਉਹ ਛੇਤੀ ਸੰਭਲ ਗਏ ਕੀ ਸੁਖਜੀਤ ਦੇ ਮੋਢੇ ਉਤੇ ਹੱਥ ਰੱਖਿਆ ਕਾਕਾ ਜੀ ਤੁਸੀਂ ਆਰਾਮ ਕਰੋ ਮੈਂ ਭੋਜਨ ਪਾਣੀ ਦਾ ਪਤਾ ਕਰਾਂ ਪੌੜੀਆਂ ਉਤਰਦੇ ਹੋ ਸੋਚ ਰਹੀ ਸੀ ਕਿ ਪੁੱਤਰ ਹਰੀਕ੍ਰਿਸ਼ਨ ਦੀਆਂ ਦਸੀਆਂ ਸਭ ਗੱਲਾਂ ਤੋਂ 16 ਅਨੀਆਂ ਸਚੀਆਂ ਨਿਕਲੀਆਂ ਅਜਿਆ ਜਵਾਈ ਕਦੋਂ ਫੜਿਆ ਨਹੀਂ ਅਜਿਆ ਜਵਾਈ ਦੀਵਾ ਫੜਿਆ ਨਹੀਂ ਲੱਭਦਾ ਘਰ ਪਰਿਵਾਰ ਤੇ ਜ਼ਮੀਨ ਜਾਇਦਾਦ ਵਿੱਚ ਵੀ ਕੋਈ ਕਸਰ ਨਹੀਂ ਛੱਡੇਗੀ ਤੇ ਬਿੱਬਾਂ ਨੂੰ ਵੀ ਹੱਥੀ ਛਾਵਾ ਹੁੰਦੀਆਂ ਹਨ ਫਿਰ ਵੀ ਉਹਨਾਂ ਨਾਲ ਕਿਤੇ ਨਾ ਕਿਤੇ ਤਾਂ ਠੱਗੀ ਵਾਜੀ ਰਹੀ ਹੈ ਧੰਨਵਾਦ ਸਮਾਪਤ